ਗੁਰਦਾਸਪੁਰ ਦੇ ਹੈਗੇ ਦੀਨਾ ਨਗਰ ਦੇ, ਮੈਂ ਹੁਸ਼ਿਆਰਪੁਰ ਦਾ, ਫਿਰ ਦੋ ਪੰਜਾਬੀ ਜਦੋਂ ਇਕੱਠੇ ਹੋ ਜਾਣ ਤੁਹਾਨੂੰ ਪਤਾ ਫੱਟੇ ਚੱਕ ਹੀ ਦਿੰਦੇ ਆ। ਇਹ ਵਰਲਡ ਦਾ ਸਭ ਤੋਂ ਵੱਡਾ ਬਰਗਰ ਬਣਿਆ ਗੋਲਡ ਦਾ, ਗੋਲਡ ਪਲੇਟਡ, ਇਹਦੇ ਉੱਤੇ ਸੋਨੇ ਦਾ ਵਰਕ ਵੀ ਲੱਗਾ ਸੀਗਾ। ਖਰਚੇ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਹਿਸਾਬ ਲਾ ਲਓ, 2023 ਨਵੰਬਰ ਦੇ ਵਿੱਚ ਤੋਲੇ ਦਾ ਕੀ ਰੇਟ ਸੀਗਾ, ਤਾਂ ਇੰਨਾ ਕੁ ਤਾਂ ਲੱਗ ਹੀ ਗਿਆ ਸੀਗਾ ਉੱਪਰ ਵਰਕ। ਔਰ ਉਦੋਂ ਵੀ ਮੈਨੂੰ ਇਹ ਕੁਐਸਚਨ ਜਿੱਦਾਂ ਤੁਸੀਂ ਪੁੱਟ ਕੀਤਾ, ਉਹਨਾਂ ਨੇ ਵੀ ਇਹ ਪੁੱਛਿਆ ਸੀਗਾ ਤੁਸੀਂ ਵਰਲਡ ਰਿਕਾਰਡ ਲਈ ਅਪਲਾਈ ਕਰੋਗੇ, ਤਾਂ ਮੈਂ ਡੈਫੀਨੇਟਲੀ, ਮੇਰੀ ਕੋਸ਼ਿਸ਼ ਸੀਗੀ ਮੈਂ ਕਰਾਂਗਾ, ਲੇਕਿਨ ਵਰਲਡ ਰਿਕਾਰਡ ਵਾਲਿਆਂ ਨੇ ਆਟੋਮੈਟਿਕਲੀ ਮੇਰਾ ਪਿੱਕ ਕਰ ਲਿਆ ਮੈਨੂੰ। ਚਾਚੂ ਪਹਿਲਾਂ ਕਹਿੰਦੇ ਸੀ ਉਹ ਬਰਗਰ ਉਹਨਾਂ ਦੇ ਨਾਲ ਜੁੜ ਗਿਆ, ਤਾਂ ਉਹ ਇੱਕ ਕਿਸਮ ਦਾ ਬਰਗਰ ਚਾਚੂ ਪੈਟ ਬਣ ਗਿਆ। ਔਰ ਅੱਜ ਮੈਨੂੰ ਹਰ ਕੋਈ ਵੱਡਾ ਬਜ਼ੁਰਗ ਸਿਆਣਾ, ਮਤਲਬ 90 ਸਾਲ ਦਾ ਬਜ਼ੁਰਗ ਵੀ ਮੈਨੂੰ ਬਰਗਰ ਚਾਚੂ ਕਹਿ ਕੇ ਬੁਲਾਉਂਦਾ ਜੀ। ਪੰਜਾਬ ਸ਼ੁਰੂ ਤੋਂ ਹੀ ਖਾਣ ਦਾ ਦੀਵਾਨਾ ਰਿਹਾ ਹੈ, ਅਤੇ ਪੰਜਾਬ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫੂਡ ਮਿਲਦੇ ਹਨ, ਜੋ ਲੋਕ ਅਲੱਗ ਅਲੱਗ ਤਰ੍ਹਾਂ ਦੇ ਨਾਲ ਆਪਣਾ ਟੇਸਟ ਕਰਦੇ ਹਨ। ਅੱਜ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਦੇ ਵਿੱਚ ਇੱਕ 610 ਬਰਗਰ ਨਾਮ ਦੀ ਦੁਕਾਨ ਖੁੱਲ੍ਹੀ ਹੋਈ ਹੈ, ਜੋ ਕਿ ਮਸ਼ਹੂਰ ਹੈ ਬਰਗਰ ਚਾਚੂ ਦੇ ਨਾਮ 'ਤੇ। ਤਸਵੀਰਾਂ ਪਹਿਲਾਂ ਦਿਖਾ ਦਈਏ, ਇਹ ਉਹ ਤਸਵੀਰਾਂ ਨੇ, ਇਹ ਆਗਰੇ ਦੇ ਵਿੱਚ ਬਰਗਰ ਚਾਚੂ ਦੇ ਵੱਲੋਂ 112 ਕਿਲੋ ਦਾ ਬਰਗਰ ਤਿਆਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਵਰਲਡ ਰਿਕਾਰਡ ਇੰਡੀਆ ਦਿੱਤਾ ਗਿਆ, ਜੋ ਕਿ ਅੱਜ ਹੀ ਉਹਨਾਂ ਦੇ ਕੋਲ ਪਹੁੰਚਿਆ ਹੈ। ਅਤੇ ਨਿਊਜ਼ 18 ਦੀ ਟੀਮ ਸਭ ਤੋਂ ਪਹਿਲਾਂ ਬਰਗਰ ਚਾਚੂ ਦੇ ਕੋਲ ਪਹੁੰਚੀ ਹੈ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੁਬਾਰਕਾਂ, ਬਹੁਤ ਬਹੁਤ ਤੁਹਾਨੂੰ ਵਾਟਦੀਆਂ ਜੀ। ਥੈਂਕ ਯੂ, ਤੁਹਾਨੂੰ ਵੀ ਸਾਰੇ ਹੁਸ਼ਿਆਰਪੁਰ ਵਾਲਿਆਂ ਦਾ ਸਪੈਸ਼ਲ ਧੰਨਵਾਦ, ਤਾਂ ਥੈਂਕ ਯੂ, ਔਰ ਪੂਰੇ ਇੰਡੀਆ ਵਾਲਿਆਂ ਦਾ ਧੰਨਵਾਦ ਜੀ। ਕਿਸ ਤਰ੍ਹਾਂ ਮਾਇੰਡ ਵਿੱਚ ਆਇਆ ਸੀ, ਜਿਹੜਾ ਤੁਸੀਂ ਬਰਗਰ ਤਾਂ ਪਹਿਲਾਂ ਵੀ ਬਣਾਉਂਦੇ ਰਹਿੰਦੇ ਆ, ਪਹਿਲਾਂ ਵੀ ਤੁਹਾਨੂੰ ਅਵਾਰਡ ਮਿਲਦੇ ਰਹਿੰਦੇ, ਜਿਹੜਾ ਇਹ 112 ਕਿਲੋ ਦਾ ਬਰਗਰ ਬਣਾਇਆ ਸੀ, ਕਿਸ ਤਰ੍ਹਾਂ ਦਿਮਾਗ 'ਚ ਆਇਆ ਸੀ ਅਤੇ ਕੀ ਚੀਜ਼ਾਂ ਇਹਦੇ ਵਿੱਚ ਯੂਜ਼ ਕੀਤੀਆਂ ਸੀ? ਇਹਦੇ ਵਿੱਚ ਪਹਿਲੀ ਗੱਲ ਤਾਂ ਇਹ, ਮੈਂ 7 ਕਿਲੋ ਦਾ ਪਹਿਲਾਂ ਬਣਾਇਆ, ਫਿਰ 15 ਕਿਲੋ ਦਾ ਬਣਾਇਆ, ਫਿਰ ਮੈਂ 25 ਕਿਲੋ ਦਾ ਬਣਾਇਆ, ਇੱਦਾਂ ਹੀ 7 ਕਿਲੋ ਦਾ ਸੈਂਡਵਿਚ, 11 ਕਿਲੋ ਦਾ ਸੈਂਡਵਿਚ, ਫਿਰ ਮੈਂ 45 ਕਿਲੋ ਦਾ ਜਿਹੜਾ ਇੰਡੀਆ ਦਾ ਰਿਕਾਰਡ ਬਣਾਇਆ ਸੀਗਾ, ਠੀਕ ਹੈ, ਤੁਹਾਡੇ ਚੈਨਲ 'ਤੇ ਵੀ ਉਹਨੂੰ ਟੈਲੀਕਾਸਟ ਕੀਤਾ ਗਿਆ ਸੀ। ਉਸ ਤੋਂ ਬਾਅਦ ਮੇਰਾ ਟਾਰਗੇਟ ਸੀਗਾ ਕੁਝ ਵਰਲਡ ਲੈਵਲ ਦਾ ਕਰਨ ਦਾ, ਫਿਰ ਮੈਂ ਗੂਗਲ 'ਤੇ ਸਰਚ ਕਰਦਾ ਰਿਹਾ ਕਿ ਵਰਲਡ ਲੈਵਲ ਦੇ ਤਾਂ ਬਰਗਰ 1100 ਕਿਲੋ ਦੇ ਹੈਗੇ ਆ, ਬਟ ਉਹਨੇ ਵਿੱਚ ਉਹ ਨੋਰਮਲ ਬਰਗਰ ਹੈਗੇ ਆ, ਬਟ ਉਹਨੂੰ ਯੂਨੀਕ ਕਿੱਦਾਂ ਕਰਨਾ, ਠੀਕ ਹੈ, ਕਿਉਂਕਿ ਮੈਂ ਇੰਨਾ ਵੱਡਾ ਵੀ ਨਹੀਂ ਕਰ ਸਕਦਾ, ਠੀਕ ਹੈ। ਤਾਂ ਫਿਰ ਮੇਰੇ ਜਿੱਥੋਂ ਮੈਂ ਕੰਮ ਸਿੱਖਿਆ ਹੋਇਆ ਹੈ, ਹੋਟਲ ਆਗਰਾ ਤੋਂ, ਜਿੱਥੇ ਗ੍ਰੈਂਡ ਮੈਕਿਓਰ ਤੋਂ, ਉਹਨਾਂ ਦੇ ਮੈਨੇਜਰ ਨਾਲ ਮੇਰੀ ਗੱਲ ਹੋਈ, ਉਹ ਗੁਰਦਾਸਪੁਰ ਦੇ ਹੈਗੇ ਦੀਨਾ ਨਗਰ ਦੇ, ਮੈਂ ਹੁਸ਼ਿਆਰਪੁਰ ਦਾ, ਫਿਰ ਦੋ ਪੰਜਾਬੀ ਜਦੋਂ ਇਕੱਠੇ ਹੋ ਜਾਣ ਤੁਹਾਨੂੰ ਪਤਾ ਹੈ ਫੱਟੇ ਚੱਕ ਹੀ ਦਿੰਦੇ ਆ, ਅਤੇ ਲਾ ਹੀ ਦਿੰਦੇ ਆ ਕੋਈ ਸਕੀਮ, ਹੈ ਨਾ। ਤਾਂ ਫਿਰ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੂੰ ਮੈਂ ਦੱਸਿਆ ਕਿ ਸਰ ਇੱਦਾਂ ਇੱਦਾਂ ਮੇਰਾ ਇੱਕ ਲਾਈਕ ਏਮ ਹੈਗਾ ਕਿ ਮੈਂ ਕੁਝ ਕਰਨਾ ਚਾਹੁੰਦਾ, ਅਤੇ ਉਹ ਕਹਿੰਦੇ ਕੀ ਕਰਨਾ ਚਾਹੁੰਦਾ, ਮੈਂ ਕਿਹਾ ਮੇਰਾ ਨਾ ਇੱਕ ਲਾਈਕ ਡ੍ਰੀਮ ਹੈਗਾ ਕਿ ਮੈਂ ਸੋਨੇ ਦਾ ਬਰਗਰ ਬਣਾਵਾਂ। ਔਰ ਸੋਨੇ ਦਾ ਬਰਗਰ ਜਦੋਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਵੀ ਕਿਹਾ ਹੈ ਇਹ ਕੀ ਚੀਜ਼ ਹੈ, ਫਿਰ ਉਹਨਾਂ ਨੂੰ ਮੈਂ ਸਭ ਕੁਝ ਐਕਸਪਲੇਨ ਕੀਤਾ ਵੀ ਅਸੀਂ ਇੱਦਾਂ ਦਾ ਬਰਗਰ ਬਣਾਵਾਂਗੇ ਜਿਹਦੇ ਵਿੱਚ ਨਾ ਆਟਾ ਹੋਏਗਾ ਨਾ ਮੈਦਾ ਹੋਏਗਾ, ਠੀਕ ਹੈ ਜੀ, ਅਸੀਂ ਇਹਦੇ ਵਿੱਚ ਰਾਗੀ ਬਾਜਰਾ ਜੋ ਇਹਨਾਂ ਦਾ ਯੂਜ਼ ਕੀਤਾ ਸੀਗਾ ਬਨ ਬਣਾਉਣ ਦੇ ਵਿੱਚ, ਉਸ ਤੋਂ ਬਾਅਦ ਟਿੱਕੀ ਇਹਦੇ ਵਿੱਚ ਪਾਲਕ ਦੀ ਯੂਜ਼ ਕੀਤੀ ਸੀ ਅਤੇ ਪਨੀਰ ਦੀ, ਠੀਕ ਹੈ, ਇਹਦੇ ਵਿੱਚ ਆਲੂ ਵੀ ਨਹੀਂ ਯੂਜ਼ ਕੀਤਾ ਔਰ ਕੁਝ ਤਲਿਆ ਵਗੈਰਾ ਇੱਦਾਂ ਦਾ ਕੁਛ ਨਹੀਂ ਪਾਇਆ ਹੋਇਆ ਸੀਗਾ, ਫਰੈਸ਼ ਵੈਜੀਟੇਬਲਸ ਦੇ ਨਾਲ ਤੁਸੀਂ ਜਿੱਦਾਂ ਦੇਖ ਸਕਦੇ ਹੋ ਬਰਗਰ ਦੇ ਵਿੱਚ ਸਾਰਾ ਹਰਾ ਹਰਾ ਟਮਾਟਰ, ਠੀਕ ਹੈ, ਇਹ ਸਭ ਯੂਜ਼ ਕੀਤਾ। ਆਲੂ ਦਾ ਚਿਪਸ ਯੂਜ਼ ਕੀਤੇ ਸੀਗੇ ਆਖਰੀ ਦੇ ਵਿੱਚ, ਠੀਕ ਹੈ ਜੀ, ਅਤੇ ਇਹ ਸੁਪਰ ਹੈਲਦੀ ਇੱਕ ਬਰਗਰ ਬਣਿਆ ਸੀਗਾ ਜਿੱਦਾਂ 2023 ਦੇ ਵਿੱਚ ਮੋਦੀ ਜੀ ਦੀ ਸਕੀਮ ਆਈ ਸੀਗੀ,
ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੋਟੇ ਅਨਾਜ ਦੀ ਵਰਤੋਂ ਕਰੋ। ਉਸ ਚੀਜ਼ ਨੂੰ ਲੈ ਕੇ ਅਸੀਂ ਇਸ ਬਰਗਰ ਨੂੰ ਪ੍ਰਿਪੇਅਰ ਕੀਤਾ ਅਤੇ ਇਹ ਵਰਲਡ ਦਾ ਸਭ ਤੋਂ ਵੱਡਾ ਬਰਗਰ ਬਣਿਆ, ਗੋਲਡ ਦਾ, ਗੋਲਡ ਪਲੇਟਡ। ਇਹਦੇ ਉੱਤੇ ਸੋਨੇ ਦਾ ਵਰਕ ਵੀ ਲੱਗਾ ਸੀਗਾ, ਠੀਕ ਹੈ ਜੀ, ਨੀਅਰ ਅਬਾਊਟ 150 ਪੀਸ ਦੇ ਕਰੀਬ ਵਰਕ ਲੱਗਾ ਸੀਗਾ ਇਹਦੇ ਉੱਤੇ। ਅਤੇ ਖਰਚਾ ਆ ਗਿਆ ਸੀ ਸੋਨੇ 'ਤੇ? ਖਰਚੇ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਹਿਸਾਬ ਲਾ ਲਓ, 2023 ਨਵੰਬਰ ਦੇ ਵਿੱਚ ਤੋਲੇ ਦਾ ਕੀ ਰੇਟ ਸੀਗਾ, ਤਾਂ ਇੰਨਾ ਕੁ ਤਾਂ ਲੱਗ ਹੀ ਗਿਆ ਸੀਗਾ ਉੱਪਰ ਵਰਕ ਉਹ ਸਾਰਾ ਹੋਟਲ ਵੱਲੋਂ ਸੀਗਾ, ਠੀਕ ਹੈ। ਮੈਂ ਸਭ ਮੈਨੇਜ ਕਰਨ ਲਈ, ਬਣਾਉਣ ਲਈ ਸਭ ਕੁਛ ਉਹਨਾਂ ਨੇ ਮੈਨੂੰ ਸਪੈਸ਼ਲ ਸੱਦਿਆ ਸੀਗਾ ਅਤੇ ਮੈਂ ਹੁਸ਼ਿਆਰਪੁਰ ਹੋ ਗਿਆ ਸੀਗਾ। ਜਦੋਂ ਬਰਗਰ ਬਣਾਇਆ ਸੀ ਸੋਚਿਆ ਸੀ ਕਿ ਇਸ ਮੁਕਾਮ ਤੱਕ ਪਹੁੰਚ ਪਾਵਾਂਗੇ ਕਿ ਕੋਈ ਅਵਾਰਡ ਵੀ ਮਿਲ ਸਕਦਾ ਹੈ ਇਹਨੂੰ? ਨਹੀਂ, ਇੱਦਾਂ ਦਾ ਕੁਛ ਸੋਚਿਆ ਨਹੀਂ ਸੀ, ਬਟ ਹਾਂ ਡ੍ਰੀਮ ਸੀਗਾ, ਜਿੱਦਾਂ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਵੀ ਅਸੀਂ ਕੁਛ ਪਾਵਾਂਗੇ, ਦਿਮਾਗ 'ਚ ਸੀਗਾ। ਔਰ ਉਦੋਂ ਵੀ ਮੈਨੂੰ ਇਹ ਕੁਸ਼ਚਨ ਜਿੱਦਾਂ ਤੁਸੀਂ ਪੁੱਟ ਕੀਤਾ, ਉਹਨਾਂ ਨੇ ਵੀ ਇਹ ਪੁੱਛਿਆ ਸੀਗਾ ਕਿ ਤੁਸੀਂ ਵਰਲਡ ਰਿਕਾਰਡ ਲਈ ਅਪਲਾਈ ਕਰੋਗੇ, ਤਾਂ ਮੈਂ ਡੈਫੀਨੇਟਲੀ, ਮੇਰੀ ਕੋਸ਼ਿਸ਼ ਸੀਗੀ ਮੈਂ ਕਰਾਂਗਾ, ਲੇਕਿਨ ਵਰਲਡ ਰਿਕਾਰਡ ਵਾਲਿਆਂ ਨੇ ਆਟੋਮੈਟਿਕਲੀ ਮੇਰਾ ਪਿੱਕ ਕਰ ਲਿਆ ਮੈਨੂੰ, ਔਰ ਮੈਨੂੰ ਅੱਜ ਅਵਾਰਡ ਤੁਹਾਡੇ ਸਾਹਮਣੇ ਇਹ ਮਿਲ ਗਿਆ। ਔਰ ਕਾਫੀ ਸਾਰੇ ਅਵਾਰਡਸ ਦੀ ਹੋਰ ਲਾਈਕ ਮੈਨੂੰ ਨੋਮੀਨੇਟ ਕਰ ਚੁੱਕੇ ਆ, ਤਾਂ ਹੋਪ ਸੋ ਗੁੱਡ, ਵਾਹਿਗੁਰੂ ਅੱਗੇ ਅਰਦਾਸ ਹੈ ਛੇਤੀ ਉਹ ਵੀ ਮਿਲਣਗੇ ਸਾਨੂੰ। ਇੱਕ ਬਰਗਰ ਚਾਚੂ ਦੇ ਨਾਮ ਤੋਂ ਬੜੇ ਮਸ਼ਹੂਰ ਹੋ, ਇਹ ਨਾਮ ਤੁਹਾਡਾ ਕਿਵੇਂ ਪਿਆ ਬਰਗਰ ਚਾਚੂ? ਬਰਗਰ ਚਾਚੂ ਜਿੱਦਾਂ ਮੇਰੇ ਕੋਲ ਕਈ ਗੈਸਟ ਆਉਂਦੇ ਹੁੰਦੇ ਸੀਗੇ, ਛੋਟੇ ਛੋਟੇ ਬੱਚੇ ਆਉਂਦੇ ਹੁੰਦੇ ਸੀ, ਗੈਸਟ ਮਤਲਬ ਕਸਟਮਰ ਆਉਂਦੇ ਹੁੰਦੇ ਸੀ ਮੇਰੀ ਦੁਕਾਨ 'ਤੇ, ਅਤੇ ਉਹ ਮੈਨੂੰ ਕਹਿੰਦੇ ਸੀ ਚਾਚੂ ਬਰਗਰ ਬਣਾ ਦਿਉ। ਇੱਦਾਂ ਹੀ ਨਾ ਕਿਸੇ ਦੇ ਘਰ ਗਿਆ ਤਾਂ ਮੈਂ ਉੱਥੇ ਲਾਈਕ ਮੇਰੇ ਮਾਮੀ ਜੀ ਲੱਗਦੇ, ਉਹਨਾਂ ਦੇ ਪੋਤਾ ਹੋਇਆ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਬਰਗਰ ਚਾਚੂ ਆਏ ਆ, ਤਾਂ ਚਾਚੂ ਪਹਿਲਾਂ ਕਹਿੰਦੇ ਸੀ ਉਹ ਬਰਗਰ ਉਹਨਾਂ ਦੇ ਨਾਲ ਜੁੜ ਗਿਆ, ਤਾਂ ਉਹ ਇੱਕ ਕਿਸਮ ਦਾ ਬਰਗਰ ਚਾਚੂ ਪੈਟ ਬਣ ਗਿਆ। ਔਰ ਅੱਜ ਮੈਨੂੰ ਹਰ ਕੋਈ ਵੱਡਾ ਬਜ਼ੁਰਗ ਸਿਆਣਾ, ਮਤਲਬ 90 ਸਾਲ ਦਾ ਬਜ਼ੁਰਗ ਵੀ ਮੈਨੂੰ ਬਰਗਰ ਚਾਚੂ ਕਹਿ ਕੇ ਬੁਲਾਉਂਦਾ ਜੀ। ਜਦੋਂ 90 ਸਾਲ ਦਾ ਕਹਿ ਸਕਦਾ ਤਾਂ ਅਸੀਂ ਵੀ ਬਰਗਰ ਚਾਚੂ ਦੀ ਗੱਲ ਕੀਤੀ ਜਾਵੇ ਤਾਂ ਰੇਹੜੀ ਤੋਂ ਲੈ ਕੇ ਅੱਜ ਇਹ ਦੁਕਾਨ ਅਤੇ ਅਵਾਰਡ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ? ਦੇਖੋ ਜੀ, ਇਹ ਕੁਛ ਵੀ ਇੱਦਾਂ ਦਾ ਜਿਹੜਾ ਆਪਾਂ ਕਹਿ ਲਿਆ ਨਾ ਮੁਕਾਮ ਜਦੋਂ ਹਾਸਲ ਕਰਨਾ ਹੁੰਦਾ, ਔਕੜਾਂ ਤਾਂ ਆਉਂਦੀਆਂ ਹੁੰਦੀਆਂ ਨਾ, ਅਤੇ ਹਰਿਵੰਸ਼ ਰਾਏ ਬੱਚਨ ਦੀ ਇੱਕ ਕਵਿਤਾ ਹੈ, ਕੋਸ਼ਿਸ਼ ਕਰਨ ਵਾਲੋ ਕਿ ਕਭੀ ਹਾਰ ਨਹੀਂ ਹੋਤੀ, ਕੁਛ ਕੀ ਹੈ ਬਿਨਾ ਹੀ ਨੌਕਾ ਪਾਰ ਨਹੀਂ ਹੋਤੀ, ਤਾਂ ਮੈਂ ਕੁਛ ਕਰਦਾ ਰਿਹਾ। ਮੈਂ 2016-17 ਜੁਲਾਈ ਨੂੰ ਰੇਹੜੀ ਲਾਈ ਸੀ ਫਗਵਾੜਾ ਚੌਂਕ ਹੁਸ਼ਿਆਰਪੁਰ। ਉਸ ਤੋਂ ਬਾਅਦ 7 ਮਹੀਨੇ ਬਾਅਦ ਮੈਂ 17 ਫਰਵਰੀ 2017 ਦੇ ਵਿੱਚ ਇੱਥੇ ਦੁਕਾਨ 'ਤੇ ਆ ਗਿਆ ਸੀ ਇਸ ਦੁਕਾਨ ਦੇ ਵਿੱਚ, ਔਰ ਮੇਰੀ ਇਸ ਦੁਕਾਨ ਦੇ ਅੰਦਰ ਆ ਸ਼ੀਸ਼ਾ ਨਹੀਂ ਲੱਗਾ ਹੋਇਆ ਸੀਗਾ, ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਦੱਸ ਚੁੱਕਿਆ। ਮੈਨੂੰ ਯਾਦ ਹੈ ਕਿ 17 ਫਰਵਰੀ ਤੋਂ ਆਉਣ ਤੋਂ ਬਾਅਦ 23 ਮਾਰਚ ਭਗਤ ਸਿੰਘ ਦਾ ਦਿਨ ਹੁੰਦਾ, ਉਸ ਦਿਨ ਮੈਂ ਪੈਸੇ ਇਕੱਠੇ ਕਰਕੇ ਸ਼ੀਸ਼ਾ ਵੀ ਲਾ ਲਿਆ ਸੀਗਾ। ਮੈਨੂੰ ਸਾਰੀਆਂ ਡੇਟਾਂ ਤਾਂ ਯਾਦ ਹੈ ਕਿਉਂਕਿ ਮੇਰੇ ਨਾਲ ਹੱਡ ਬੀਤੀ ਹੈ, ਠੀਕ ਹੈ ਜੀ। ਇਹ ਸਭ ਮੇਰੇ 'ਤੇ ਖੁਦ ਹੋਇਆ, ਮੈਂ ਖੁਦ ਕੀਤਾ, ਔਰ ਹਜੇ ਵੀ ਕਰ ਰਿਹਾ। ਅਸੀਂ ਇਹ ਨਹੀਂ ਮਹਿਸੂਸ ਕਰਦੇ ਅਸੀਂ ਵਰਲਡ ਰਿਕਾਰਡ ਮਿਲ ਗਿਆ, ਅਸੀਂ ਤਾਂ ਜ਼ਮੀਨ 'ਤੇ ਬਹਿ ਕੇ ਲੰਗਰ ਖਾਣ ਵਾਲੇ ਬੰਦੇ ਹਾਂ ਜੀ। ਔਰ ਸਾਨੂੰ ਤੁਹਾਡਾ ਹੁਸ਼ਿਆਰਪੁਰ ਵਾਲਿਆਂ ਦਾ, ਪੰਜਾਬ ਵਾਲਿਆਂ ਦਾ ਸਾਥ ਦੀ ਲੋੜ ਹੈਗੀ ਹੈ। ਤੁਸੀਂ ਸਾਰੇ ਜਣੇ ਮੇਰੇ ਕੋਲ ਆਓਗੇ ਔਰ ਆਇਲ ਫਰੀ ਬਰਗਰ ਖਾਓਗੇ। ਫੈਮਿਲੀ 'ਚ ਕੌਣ ਕੌਣ ਹੈ? ਜ਼ਿਆਦਾਤਰ ਹੁੰਦਾ ਫੈਮਿਲੀ ਦਾ ਕਿ ਰੋਟੀ ਬਣਾਓ ਅਤੇ ਖਾਓ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਰੋਟੀ ਖਾਣੀ ਕਮਾ ਕੇ ਬੜੀ ਔਖੀ ਹੈ। ਘਰਦਿਆਂ ਨੇ ਨਹੀਂ ਕਿਹਾ ਕਿਹੜੇ ਚੱਕਰਾਂ 'ਚ ਪਿਆ ਆਇਆ ਤੂੰ? ਜਦੋਂ ਮੈਂ ਰੇਹੜੀ ਲਾਈ ਸੀ ਉਦੋਂ ਘਰਦਿਆਂ ਦੇ ਵਿੱਚ ਮਾਇੰਡ, ਮੇਰਾ ਵਿਆਹ ਹੋਇਆ ਸੀਗਾ ਨਵਾਂ, ਤਾਂ ਵੋਟੀ ਦੇ ਮਾਇੰਡ 'ਚ ਆਇਆ ਸੀਗਾ। ਫਿਰ ਉਹਨੂੰ ਜਦੋਂ ਮੈਂ ਸਮਝਾਇਆ ਵੀ ਹਾਂ ਇਹ ਇੱਕ ਟਾਈਮ ਹੈ, ਇੱਕ ਪਾਰਟ ਹੈ ਜ਼ਿੰਦਗੀ ਦਾ, ਕਰਨਾ ਪੈਣਾ ਸਾਨੂੰ, ਮਿਹਨਤ ਕਰਾਂਗੇ ਤਾਂ ਹੀ ਕੁਛ ਮਿਲੂਗਾ, ਔਰ ਮਿਹਨਤ ਦਾ ਫਲ ਅੱਜ ਉਹ ਵੀ ਪ੍ਰਾਊਡ ਫੀਲ ਕਰਦੀ ਹੈ ਔਰ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਮੈਨੂੰ ਅੱਜ ਟੈਲੀਕਾਸਟ ਕਰ ਰਹੇ ਹੋ ਆਪਣੇ ਚੈਨਲ 'ਤੇ, ਔਰ ਕਾਫੀ ਸਾਰੇ ਨਿਊਜ਼ ਚੈਨਲ 'ਤੇ ਖਬਰਾਂ ਲੱਗ ਗਈਆਂ, ਆਰਟੀਕਲ ਛਪ ਗਏ, ਔਰ ਸਾਰਿਆਂ ਵੱਲੋਂ ਮੈਨੂੰ ਫੋਨ ਕਾਲ ਆ ਰਿਹਾ, ਰੇਡੀਓ ਜੋਕੀਜ਼ ਤੋਂ ਫੋਨ ਆ ਰਿਹਾ ਇੰਟਰਵਿਊਜ਼ ਲਈ, ਤਾਂ ਬੜੇ ਮਾਣ ਵਾਲੀ ਗੱਲ ਹੈ ਮੈਨੂੰ, ਕਿਉਂਕਿ ਮੈਂ ਹੁਸ਼ਿਆਰਪੁਰ ਦਾ। ਤੁਸੀਂ ਕਿਤੇ ਵੀ ਖਬਰ ਦੇਖ ਲਓ, ਹੁਸ਼ਿਆਰਪੁਰ ਦੇ ਬਰਗਰ ਚਾਚੂ ਨੇ, ਸਭ ਤੋਂ ਪਹਿਲੀ ਗੱਲ ਹੁਸ਼ਿਆਰਪੁਰ ਦਾ ਨਾਂ ਅੱਗੇ ਹੋਇਆ, ਇਹ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੈ, ਕਿਉਂਕਿ ਕਹਿਣ ਵਾਲੇ ਕਹਿ ਦਿੰਦੇ ਆ ਸਾਈਡ ਦਾ ਪਿਛੜਾ ਇਲਾਕਾ ਹੈ, ਬਟ ਨਹੀਂ, ਅਸੀਂ ਹੁਸ਼ਿਆਰਪੁਰ ਦਾ, ਮੈਂ ਪਹਿਲਾ ਬੰਦਾ ਜਿਹਦੇ ਨਾਂ 'ਤੇ ਵਰਲਡ ਰਿਕਾਰਡ ਹੋਇਆ, ਪੰਜਾਬ ਦਾ ਹੀ ਹਾਂ ਕਹਿ ਸਕਦਾ ਮੈਂ, ਔਰ ਇੰਡੀਆ ਦਾ ਵੀ ਹਾਂ ਕਹਿ ਸਕਦਾ, ਲੇਕਿਨ ਮੈਨੂੰ ਪ੍ਰਾਊਡ ਹੈ ਮੈਂ ਹੁਸ਼ਿਆਰਪੁਰ ਦਾ ਹਾਂ ਜੀ। ਇਸ ਤਰ੍ਹਾਂ ਦੇ ਅਵਾਰਡ ਪਹਿਲਾਂ ਵੀ ਮਿਲੇ ਆ ਕਿਸੇ ਨੂੰ ਜਾਂ ਤੁਹਾਨੂੰ ਫਸਟ ਟਾਈਮ ਹੀ ਮਿਲਿਆ? ਨਹੀਂ, ਇਸ ਕੈਟੇਗਰੀ ਦੇ ਵਿੱਚ ਮੈਨੂੰ ਪਹਿਲਾਂ ਮਿਲਿਆ, ਔਰ ਮੈਨੂੰ
ਇੱਦਾਂ ਹੀ ਮੇਕਿੰਗ ਦੇ ਵਿੱਚ ਜਾਂ ਹੋਰ ਕਿਸੇ ਦੇ ਵਿੱਚ ਹੈਲਥ ਮਿਨਿਸਟਰ ਐਸ ਪੀ ਸਿੰਘ ਬਘੇਲ ਨੇ ਸੁਪਰੀਮ ਕੋਰਟ ਬੁਲਾਇਆ ਸੀਗਾ 31 ਜਨਵਰੀ ਨੂੰ ਇਹ 2024 'ਚ। ਉਹਨਾਂ ਨੇ ਵੀ ਮੈਨੂੰ ਸਨਮਾਨ ਕੀਤਾ ਸੀਗਾ, ਨਾਲ ਉਹਨਾਂ ਦੇ ਸੀ ਜੀ ਆਈ ਬਾਲਾ ਕ੍ਰਿਸ਼ਨਨ ਜੀ ਸੀਗੇ, ਠੀਕ ਹੈ ਜੀ, ਅਤੇ ਐਡਵੋਕੇਟ ਰਵੀ ਜੀ ਸੀਗੇ। ਬਹੁਤ ਵੱਡਾ ਈਵੈਂਟ ਸੀਗਾ, ਉੱਥੇ ਮੈਨੂੰ ਸਨਮਾਨ ਮਿਲਿਆ। ਉਸ ਤੋਂ ਬਾਅਦ ਮੈਨੂੰ ਸ਼ੈਫ ਸੰਜੀਵ ਕਪੂਰ ਨੇ ਅਵਾਰਡ ਦਿੱਤਾ। ਅਵਾਰਡਸ ਬਹੁਤ ਸਾਰੇ ਮਿਲੇ, ਬਟ ਇੱਕ ਟੈਗ ਲੱਗਣਾ ਵਰਲਡ ਰਿਕਾਰਡ ਦਾ, ਉਹ ਹੁਣ ਹੋਇਆ ਜੀ, ਉਹਨੂੰ ਵੀ ਟਾਈਮ ਲੱਗਾ। ਆਖਰੀ ਸਵਾਲ ਹੈ, ਕੀ ਏਮ ਕੀ ਹੈ ਬਰਗਰ ਚਾਚੂ ਦਾ? ਬਰਗਰ ਚਾਚੂ ਦਾ ਏਮ ਇੱਕ ਇਹੀ ਹੈ ਕਿ ਸਾਰੇ ਜਣਿਆਂ ਨੂੰ ਇਹ ਕਹਿਣਾ, ਵਧੀਆ ਖਾਓ, ਹੈਲਦੀ ਖਾਓ। ਔਰ ਇੱਕ ਛੋਟੀ ਜਿਹੀ ਹੱਥ ਜੋੜ ਕੇ ਬੇਨਤੀ ਹੈ, ਅੱਜ ਤੁਸੀਂ ਨਹੀਂ ਸਮਝੋਗੇ, ਕੁਛ ਟਾਈਮ ਬਾਅਦ ਸਮਝੋਗੇ, ਨਸ਼ੇ ਨੂੰ ਤਿਆਗ ਦਿਓ, ਬੀੜੀ ਸਿਗਰਟ ਤੰਬਾਕੂ ਦਾਰੂ ਨੂੰ ਅੱਖਾਂ ਮੀਚ ਲਓ, ਠੀਕ ਹੈ ਜੀ। ਜੇ ਤੁਸੀਂ ਇਹ ਛੱਡਤਾ ਤਾਂ ਤੁਹਾਡੀ ਜ਼ਿੰਦਗੀ ਸਕਸੈਸਫੁੱਲ ਹੈ, ਜੇ ਤੁਸੀਂ ਇਹ ਚੀਜ਼ ਪੀਂਦੇ ਰਹੇ, ਘੜੀ ਦਾ ਇੱਕ ਮਿੰਟ ਦਾ ਨਹੀਂ ਪਤਾ ਜੀ। ਥੈਂਕ ਯੂ ਜੀ। ਤਾਂ ਇਹ ਸਨ ਹੁਸ਼ਿਆਰਪੁਰ ਦੇ ਮਸ਼ਹੂਰ ਬਰਗਰ ਚਾਚੂ, ਜਿਨ੍ਹਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਹ ਬਰਗਰ ਬਣਾਇਆ ਸੀ ਤਾਂ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਇਸ ਤੇ ਵੱਡਾ, ਇੰਨਾ ਵੱਡਾ ਇਨਾਮ ਵੀ ਮਿਲ ਸਕਦਾ ਹੈ, ਅਤੇ ਨਾਲ ਹੀ ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਅਤੇ ਪੰਜਾਬ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਹੈ। ਲੋੜ ਹੈ ਸਾਨੂੰ ਅਜਿਹੇ ਨੌਜਵਾਨਾਂ ਦੀ ਜੋ ਨੌਜਵਾਨਾਂ ਨੂੰ ਸੇਧ ਦੇ ਸਕਣ ਅੱਗੇ ਵਧਣ ਦੇ ਲਈ। ਕੈਮਰਾਮੈਨ ਜੱਸੀ ਦੇ ਨਾਲ ਅਮਰੀਕ ਕੁਮਾਰ, ਨਿਊਜ਼ 18, ਹੁਸ਼ਿਆਰਪੁਰ।